ਪੰਜਾਬ ਵਿੱਚ ਦਿਨੋਂ ਦਿਨ ਵਧ ਰਹੇ ਕਰੋਨਾ ਦੇ ਕੇਸਾਂ ਤੋਂ ਚਿੰਤਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨੀ ਤੇ ਐਤਵਾਰ ਨੂੰ ਬਾਜ਼ਾਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਲੋਕਾਂ ਦੀ ਬੇਲੋੜੀ ਆਵਾਜਾਈ ਨੂੰ ਰੋਕਣ ਲਈ ਪੰਜਾਬ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਹੀ ਕਰੋਨਾ ਦੇ ਕੇਸਾਂ ਵਿੱਚ ਵਾਧਾ ਹੁੰਦਾ ਰਿਹਾ ਤਾਂ ਮਜਬੂਰੀ ਵੱਸ 31 ਅਗਸਤ ਤੋਂ ਬਾਅਦ ਉਨ੍ਹਾਂ ਨੂੰ ਸਖਤੀ ਦਾ ਰੁਖ اختیار ਕਰਨਾ ਪਵੇਗਾ। ਕਿ ਇੱਕ ਵਾਰ ਚੜਕੇ ਫਿਰ ਥੱਲੇ ਆ ਜਾਂਦੀ ਹੈ ਫਿਰ ਚੜ ਜਾਂਦੀ ਹੈ ਥੱਲੇ ਆ ਜਾਂਦੀ ਹੈ ਔਰ ਹੁਣ ਆ ਦੇਖੋ ਇਸ ਦੇ ਬਾਵਜੂਦ ਕਿ ਆਪਾਂ 5 ਮਹੀਨੇ ਨੰਗਾਤੇ 3 ਸਪਟੈਂਬਰ ਨੂੰ ਡਾਕਟਰ ਦੱਸਦੇ ਨੇ ਕਿ ਜਿਹੜੇ ਹੁਣ ਮੈਂ ਤੁਹਾਨੂੰ ਦੱਸਿਆ ਕਿ 35000 ਬੰਦਾ ਅੱਜ ਹਸਪੀਟਲ 'ਚ ਹੈ ਅਜੇ ਕੋਰੋਨਾ ਦੇ ਨਾਲ ਲੱਗਿਆ ਹੋਇਆ 3 ਸਪਟੈਂਬਰ ਨੂੰ ਇਹ 64000 ਹੋ ਜਾਣਾ ਹੈ ਔਰ 18 ਸਪਟੈਂਬਰ ਨੂੰ 1 ਲੱਖ 18000 ਹੋ ਜਾਣਾ ਹੈ ਜਿਹੜੇ ਅੱਜ ਮੌਤਾਂ ਮੈਂ ਤੁਹਾਨੂੰ ਦੱਸਿਆ ਨੇ ਕਿ ਸਾਡੇ ਕੋਲ ਇੱਥੇ 957 ਨੇ 3 ਸਤੰਬਰ ਨੂੰ 1721 ਹੋ ਜਾਣੀਆਂ ਨੇ ਔਰ ਅੱਗੇ 18 ਤਰੀਕ ਨੂੰ 3148 ਹੁਣ ਇਹਦਾ ਫਾਇਦਾ ਦੱਸੋ ਮੈਨੂੰ ਕੌਣ ਮਰਦਾ ਹੈ ਪੰਜਾਬੀ ਮਰਦਾ ਹੈ ਕੌਣ ਬਿਮਾਰ ਹੁੰਦਾ ਹੈ ਪੰਜਾਬੀ بیمار ਹੁੰਦਾ ਸਾਡੇ ਲੋਕ ਪੰਜਾਬ ਦੇ ਲੋਕ ਸਾਡੇ ਭੈਣ ਸਾਡੇ ਭਾਈ ਸਾਡੇ ਹੋਰ ਬਜ਼ੁਰਗ ਸਾਡੇ ਹੋਰ ਬੱਚੇ ਸਾਰੇ ਉਹਨਾਂ ਵਾਸਤੇ ਆਪਾਂ ਇਹ ਨਹੀਂ ਕਰ ਸਕਦੇ ਔਰ ਦੇਖੋ ਇਸ ਨੂੰ ਇਹ ਲਾਈਨ ਕੈਸੇ ਜਾ ਰਹੀ ਹੈ ਉੱਪਰ ਨੂੰ ਇਹ ਹਾਰੇ ਥੱਲੇ ਨਹੀਂ ਆਈ ਇਹ ਐਸਾ ਐਸਾ 18 ਸਪਟੈਂਬਰ ਤੋਂ ਬਾਅਦ ਉੱਪਰ ਨੂੰ ਜਾ ਰਹੀ ਹੈ ਅਗੇ ਇਹ ਇਹ ਆંકੜੇ ਹੋਰ ਵੱਜ ਜਾਣੇ ਅਗੇ ਨੂੰ ਅਗਰ ਆਪਾਂ ਕਦਮ ਨਹੀਂ ਚੱਕਿਆ ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇਹ ਕੋਵਿਡ ਫਤਿਹ ਮਿਸ਼ਨ ਦੀ ਕਿਤਾਬ ਹੈ ਕੱਲ ਵਾਲੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਰੱਬ ਦੇ ਵਾਸਤੇ ਤੁਸੀਂ ਮੇਰੇ ਆਖੇ ਲੱਗੋ ਔਰ ਆਪਣੇ ਮਾਸਕ ਪਾਓ ਹੱਥ ਧੋ ਔਰ ਇਹ ਜਿਹੜੇ ਕਦਮ ਅਸੀਂ ਹੁਣ ਅੱਜ ਐਲਾਨ ਕਰ ਰਹੇ ਆ ਸਰਕਾਰ ਵੱਲੋਂ ਕੁਝ ਸਖਤੀ ਕਰ ਰਹੇ ਆ ਔਰ ਮੈਂ ਤੁਹਾਨੂੰ ਇਹ ਵੀ ਦੱਸਾਂ 31 ਤਾਈ ਮੈਂ ਰੱਖ ਰਹੇ ਆ ਮੈਂ ਕੱਲ ਦੱਸਿਆ ਸੀ ਔਰ ਅਗਰ 31 ਤਾਈ ਇਹ ਕਾਬੂ ਨਹੀਂ ਆਉਂਦਾ ਪੰਜਾਬ ਤੋਂ ਮੈਂ ਹੋਰ ਸਖਤੀ ਕਰੂੰਗਾ ਮੈਂ ਪੰਜਾਬੀਆਂ ਦੀ ਜਾਨ ਬਚਾਉਣੀ ਆ ਮੈਂ ਨਹੀਂ ਦੇਖਣਾ ਕਿ ਕਿਹੜਾ ਬੰਦਾ ਕੋਈ ਇਧਰ ਨਿਕਲ ਕੇ ਕਿਸੇ ਦੇ ਨਾਲ ਜਾ ਕੇ ਉੱਥੇ ਪਾਰਟੀਆਂ ਕਰੋ ਜਾਂ ਹੋਰ ਚੀਜ਼ਾਂ ਕਰੋ ਮੇਰਾ ਕੰਮ ਹੈ ਪੰਜਾਬ ਦੀ ਜਾਨਾ ਪੰਜਾਬੀਆਂ ਦੀ ਜਾਨਾ ਬਚਾਉਣੀ ਆ ਔਰ ਉਹਦੇ ਵਾਸਤੇ ਜੋ ਵੀ ਮੈਨੂੰ ਕਦਮ ਕਰਨ ਚੱਕਣੇ ਪੈਣਗੇ ਮੈਂ ਚੱਕੂਗਾ